ਮੈਨੂੰ ਹੁਕਮ ਹੋਇਆ ਡਾਕਟਰ ਗੁਰਚਰਨ ਸਿੰਘ ਹੋਰਾਂ ਵੱਲੋਂ ਤੁਹਾਨੂੰ ਵੈਲਕਮ ਕਰਨ ਦਾ, ਸਾਰਿਆਂ ਨੂੰ ਦੋ ਸ਼ਬਦ ਕਹਿਣ ਦਾ ਵੀ ਹੁਕਮ ਹੋਇਆ। ਸੋ ਗੁਰੂ ਨਾਨਕ ਦੇਵ ਜੀ ਬਾਰੇ ਜਿਹੜੇ ਬੀਬੀ ਜੀ ਪਹਿਲਾਂ ਸ਼ਬਦ ਗਾ ਰਿਹਾ ਸੀ, ਉਹਨਾਂ ਸ਼ਬਦਾਂ ਵਿੱਚ ਸਾਰਾ ਕੁਛ ਹੀ ਆ ਗਿਆ। ਮੈਂ ਤਾਂ ਸਿਰਫ ਧੰਨਵਾਦ ਹੀ ਕਰਨਾ ਤੁਹਾਡਾ ਤੁਹਾਡੇ ਆਉਣ 'ਚ। ਅਤੇ ਜੋਤ ਰੂਪ ਹਰ ਆਪ ਗੁਰੂ ਨਾਨਕ ਹੈ, ਹਰ ਆਪ ਪਰਮੇਸ਼ਰ ਨੇ ਆਪ ਜੋਤ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਦੇਵ ਦਾ ਨਾਂ ਰਖਾਇਆ। ਇਹ ਬੜੀ ਵੱਡੀ ਗੱਲ ਹੈ। ਜੋਤ ਰੂਪ ਹਰ ਆਪ ਹੋਏ ਨਾਨਕ ਕਹਾਏ। ਇਸ ਤੋਂ ਬਾਅਦ ਜਿਹੜਾ ਸ਼ੁਰੂ ਹੁੰਦਾ ਸਿੱਖ ਹੁੰਦਾ ਪੀਰੀਅਡ, ਉਹ ਫਿਰ ਲਗਾਤਾਰ ਇਸੇ ਜੋਤ ਦਾ ਹੀ ਅੱਗੇ ਜੋਤ ਦੂਸਰੀ ਪਾਤਸ਼ਾਹੀ 'ਚ, ਫਿਰ ਤੀਸਰੀ, ਫਿਰ ਦਸਵੀਂ ਪਾਤਸ਼ਾਹੀ ਤੱਕ ਉਹ ਜੋਤ ਕਹੀ। ਤੋ ਮੈਂ ਤਾਂ ਇਹੀ ਸਟ੍ਰੈਸ ਇਸ ਗੱਲ 'ਤੇ ਕਰਨੀ ਚਾਹੁੰਦਾ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੰਦੇਸ਼ ਦਿੱਤਾ ਹੈ, ਜਿਹੜਾ ਖਾਲਸੇ ਦੀ ਸਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 'ਚ, ਉਹ ਸਾਰਾ ਗੁਰੂ ਨਾਨਕ ਦੇਵ ਦੀ ਜਿਹੜੀ ਜੋਤ ਸੀ ਉਸੇ ਦਾ ਹੀ ਕੰਮ ਸੀ। ਈਵਨ ਇੱਥੋਂ ਤੱਕ ਵੀ ਕਿ ਜਦੋਂ ਬਹਾਦਰ ਸ਼ਾਹ ਸਿੱਖਾਂ ਦੇ ਉੱਤੇ ਰਿਪਰੈਸ਼ਨ ਕਰ ਰਿਹਾ ਸੀ, ਤਾਂ ਉਹਨੇ ਇੱਕ ਐਡਿਕਟ ਜਾਰੀ ਕੀਤਾ 1710 ਦੇ ਵਿੱਚ, ਜਿਹਦੇ ਵਿੱਚ ਉਹਨੇ ਲਿਖਿਆ ਕਿ ਨਾਨਕ ਪ੍ਰਸਤ ਜਿੰਨੇ ਵੀ ਮਿਲਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿਓ। ਤੋ ਜਿਹੜੀ ਇਹ ਵਖਰੀਵਾਂ ਜਿਹੜਾ ਅਸੀਂ ਕਰਦੇ ਹਾਂ ਨਾ, ਵੀ ਗੁਰੂ ਨਾਨਕ ਦੇਵ ਜੀ ਅਤੇ ਖਾਲਸੇ ਦੀ ਜਿਹੜੀ ਸਿਰਜਣਾ ਹੈ ਉਹ ਅੱਡੋ ਅੱਡ ਨੇ, ਇਹ ਗੱਲ ਬਿਲਕੁਲ ਗਲਤ ਹੈ। ਇਹ ਸਾਨੂੰ ਕਰਨੀ ਨਹੀਂ ਚਾਹੀਦੀ। ਇਹ ਪੂਰੀ ਸਕੀਮ ਦੇ ਤਹਿਤ ਸਾਡੇ ਵਿੱਚ ਪਾਈ ਗਈ ਹੈ, ਕਿਉਂਕਿ ਜਿਹੜੀ ਖਾਲਸੇ ਦੀ ਸਿਰਜਣਾ, ਗੋਗਲ ਚੰਦ ਨਾਰੰਗ ਨੇ ਟ੍ਰਾਂਸਫੋਰਮੇਸ਼ਨ ਆਫ ਦੀ ਖਾਲਸਾ ਕਿਤਾਬ ਲਿਖੀ, ਉਹਦੇ 'ਚ ਉਹਨਾਂ ਨੇ ਬੜਾ ਰਿਸਰਚ ਕਰਕੇ ਉਹ ਕਿਤਾਬ ਲਿਖੀ, ਔਰ ਉਹਨਾਂ ਨੇ ਵੀ ਇਹੀ ਲਿਖਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਖਾਲਸਾ ਪ੍ਰਗਟ ਕੀਤਾ ਹੈ ਉਹਦਾ ਜਿਹੜਾ ਸੀਡ ਸੀ ਜਾਂ ਜਿਹੜਾ ਉਹਦਾ ਬੀਜ ਸੀ, ਉਹ ਬੀਜ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਹੋਰਾਂ ਨੇ ਉਹ ਸਾਰਾ ਕੁਛ ਪਹਿਲਾਂ ਹੀ ਸਿਰਜਣਾ ਕਰ ਦਿੱਤਾ ਸੀ। ਉਹ ਬੀਜ ਆ ਜਿਹੜਾ ਅੱਗੇ ਤੋਂ ਅੱਗੇ ਫਿਰ ਫਲੀਭੂਤ ਹੋਇਆ ਖਾਲਸੇ ਦੇ ਰੂਪ ਦੇ ਵਿੱਚ। ਤੋ ਮੈਂ ਜ਼ਿਆਦਾ ਟਾਈਮ ਤੁਹਾਡਾ ਨਹੀਂ ਲੈਂਦਾ, ਕਿਉਂਕਿ ਬਹੁਤ ਸਾਰੇ ਸੱਜਣ ਆਏ ਹੋਏ ਨੇ ਵਿਦਵਾਨ, ਉਹਨਾਂ ਨੇ ਸਾਰਿਆਂ ਨੇ ਤੁਹਾਡੇ ਕੋਲ ਪੇਪਰ ਵੀ ਪੜ੍ਹਨੇ ਨੇ, ਆਪਦੇ ਵਿਚਾਰ ਵੀ ਰੱਖਣੇ ਨੇ। ਤੋ ਮੇਰਾ ਮਤਲਬ ਇਹ ਹੋਈ ਹੈ ਵੀ ਇਸ ਡਾਈਕੋਟਮੀ ਨੂੰ ਅਸੀਂ ਜਿਹੜੀ ਇਹ ਦੂਰ ਕਰਨਾ ਹੈ। ਗੁਰੂ ਨਾਨਕ ਦੇਵ ਦਾ ਹੀ ਸਾਰਾ ਵਰਤਾਰਾ ਹੈ, ਗੁਰੂ ਦਸਮ ਪਾਤਸ਼ਾਹ ਤੱਕ ਖਾਲਸੇ ਦੀ ਸਿਰਜਣਾ ਤੱਕ ਉਹ ਸਾਰਾ ਉਸ ਤਰ੍ਹਾਂ ਹੀ ਚੱਲ ਰਿਹਾ। ਸੋ ਮੈਂ ਤੁਹਾਡੇ ਸਾਰੇ ਆਉਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।